ਅੰਮ੍ਰਿਤਸਰ ਦੇ ਵਾਰਡ ਨੰਬਰ 59 ਦੇ ਏਕਤਾ ਨਗਰ ਵਿੱਚ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਹ ਟਿਊਬਵੈੱਲ 28 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਭਾਜਪਾ 77 ਤੇ ਕੇਂਦਰੀ ਵਿਧਾਨ ਸਭਾ ਦੇ ਇੰਚਾਰਜ ਤਰੁਣ ਚੁੱਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 59 ਵਿੱਚ ਪਾਣੀ ਦੀ ਬਹੁਤ ਦਿੱਕਤ ਸੀ। ਲੋਕੀ ਗੰਦਾ ਪਾਣੀ ਪੀਣ ਨੂੰ ਮਜਬੂਰ ਸੀ ਅਤੇ ਇੱਥੇ ਟਿਊਬਵੈੱਲ ਦੀ ਸੁਵਿਧਾ ਦੇ ਕੇ ਇਸ ਪਿਛੜੇ ਹੋਏ ਇਲਾਕੇ ਨੂੰ ਸ਼ਹਿਰ ਦਾ ਸਭ ਤੋਂ ਵਧੀਆ ਇਲਾਕਾ ਬਣਾ ਦਿੱਤਾ ਜਾਵੇਗਾ। ਏਕਤਾ ਨਗਰ ਨੂੰ ਅਸੀਂ ਹੁਣ ਪੀਣ ਦੇ ਪਾਣੀ ਦੀ ਪਾਈਪ ਔਰ ਟਿਊਬਵੈੱਲ ਲਾ ਕੇ ਹਰ ਘਰ 'ਚ ਪੀਣ ਦਾ ਪਾਣੀ ਪਹੁੰਚਾ ਦੇਣਾ ਔਰ ਇਸ ਇਲਾਕੇ ਦੀਆਂ ਸਾਰੀਆਂ ਸੜਕਾਂ ਬਣਾ ਰਹੇ ਹਾਂ। ਏਕਤਾ ਨਗਰ ਜਿਹੜੇ ਕਿ ਇਸ ਇਲਾਕੇ ਦਾ ਸਭ ਨਾਲੋਂ ਪਿਛੜੇ ਏਰੀਆ ਨੂੰ ਸਭ ਨਾਲੋਂ ਵਧੀਆ ਬਣਾਉਣ ਦੀ ਤਿਆਰੀ 'ਚ ਲੱਗ। ਇਸ ਮੌਕੇ ਵਾਰਡ ਪ੍ਰਧਾਨ ਸੰਗੀਤ ਬਾਬਾ ਨੇ ਤਰੁਣ ਚੁੱਗ ਨੂੰ ਇਸ ਪਿਛੜੇ ਹੋਏ ਇਲਾਕੇ ਨੂੰ ਵਧੀਆ ਇਲਾਕਾ ਬਣਾਉਣ ਸੰਬੰਧੀ ਧੰਨਵਾਦ ਕੀਤਾ।